ਪੰਜਾਬ ਸਰਕਾਰ ਵੱਲੋਂ ਦੇਰ ਰਾਤ 29 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਤੇ ਗਏ ਨੇ ਜਿਸ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਵਰ ਵਿਜੇ ਪ੍ਰਤਾਪ ਦੀ ਥਾਂ ਤੇ ਆਈਜੀ ਹੈੱਡਕੁਆਰਟਰ ਆਰਐਨ ਟੋਕੇ ਨੂੰ ਲਗਾਇਆ ਗਿਆ। ਇਸੇ ਤਰੀਕੇ ਗੌਤਮ ਚੀਮਾ ਨੂੰ ਸੂਬੇ ਦਾ ਲਾਅ ਐਂਡ ਆਰਡਰ ਦਾ ਆਈਜੀ ਅਤੇ ਸ਼ਸ਼ੀ ਪ੍ਰਭਾ ਨੂੰ ਆਈਜੀ ਕ੍ਰਾਈਮ ਬਣਾਇਆ ਗਿਆ।